ਜਿਹੜਾ ਬੰਦਾ ਪਾਣੀ ਦਾ ਗਲਾਸ ਨਹੀਂ ਪੀ ਸਕਦਾ ਉਹ ਕੀ ਕਰੂਗਾ ਬੰਦੀ ਚਾ ਲਿਆ ਆਪਣਾ ਤਾਂ ਕਰੋ ਚੱਕ ਕੇ ਤਾਂ ਪੀ ਲਿਆ ਕਰੋ ਚਾਹ ਬਣੀ ਬਣਾਈ ਆਲੋ ਹੁਣ ਤੁਸੀਂ ਮਾਨਸਾ ਜਾਂਦੇ ਹੋ ਹਾਂ ਮਾਨਸਾ ਜਾ ਕੇ ਆਉਣਾ ਮੇਰੀ ਗੱਲ ਸੁਣ ਲਓ ਲੱਗਦੇ ਹੱਥ ਨਾ ਹੁਣ ਤੁਸੀਂ ਪਟਵਾਰੀ ਕੋਲੇ ਵੀ ਜਾ ਆਇਓ ਆਪਦਾ ਕੰਮ ਨਵੇੜ ਕੇ ਪਟਵਾਰੀ ਕੋਲੇ ਕੀ ਹੈ ਲੈ ਜਿਹੜੇ ਹਿਸਾਬ ਨਾਲ ਨਾ ਬੁੜੀ ਜੀ ਤੀਜੇ ਦਿਨ ਝੋਲਾ ਚੱਕ ਕੇ ਕੁੜੀ ਕੋਲੇ ਵਗ ਜਾਂਦੀ ਆ ਮੈਨੂੰ ਤਾਂ ਦਾਲ ਚ ਕਾਲਾ ਲੱਗਦਾ ਐਂ ਲੱਗਦਾ ਵੀ ਜ਼ਮੀਨ ਉਹ ਕੁੜੀ ਦੇ ਨਾਂ ਕਰਵਾਉਗੀ ਓਏ ਭਲੀਏ ਮਾਨਸਾ ਭਲੇ ਐਂ ਕਿਵੇਂ ਜ਼ਮੀਨ ਨਾਲ ਵਾਂਗੂ ਕੁੜੀ ਦੇ ਨਾਲੇ ਤੇਰੀ ਤਾਂ ਸ਼ੁਰੂ ਤੋਂ ਬੇਬੇ ਨਾਲ ਹੀ ਵਰਦੀ ਹੈਗੀ ਤੂੰ ਤਾਂ ਉਹੀ ਸ਼ੱਕ ਕਰੀ ਜਾਂਦੀ ਇਹਨੇ ਬੇਬੇ ਦੇ ਲੈ ਉਸ ਤਾਂ ਉਹਦੀ ਮਾਂ ਦਾ ਪੱਖ ਪੂਰਦੇ ਰਹਿਣੋ ਮੇਰਾ ਪੱਖ ਨਹੀਂ ਪੂਰਦੇ ਪਰਵਾਹ ਦਾ ਬੜਾ ਹਸਿਆਰਾ ਕੋਈ ਗੱਲ ਨਹੀਂ ਜਾ ਆਉਂਗਾ ਮੈਂ ਕੋਈ ਨਾ ਭਾਵੇਂ ਜੇ ਤੂੰ ਕੰਮ ਕਰ ਲੈ ਕੰਮ ਉਹਨੂੰ ਤਾਂ ਕੁਝ ਕਹਿਣ ਹੀ ਨਹੀਂ ਦੇਣਾ ਉਹ ਵਗ ਜੂਗਾ ਕਹਿੰਦੇ ਤਾਂ ਤੌਣ ਤੈਨੂੰ ਗੱਲ ਹੀ ਨਹੀਂ ਸੁਣਦੀ ਹੁੰਦੀ ਫਿਰ ਸਾਰਾ ਦਿਨ ਪੁੱਠੇ ਕੰਮਾਂ 'ਚ ਧਿਆਨ ਇਹਦਾ मुंडा पता नहीं गया लीडरी करन लग गई मेरे ते महीने दे विच 20-20 दिन कुड़ी कोल रहिंदी आ 10 दिन आउंदी आ वड्डी आई है कुड़ी वाली चकदी आ चुन्नी तीजे दिन कुड़ी कोले वजदी आ जा ना होवे कन्नी दूजी कन्नी उधरों फन्ना ते पैंदियां ने ता ही नहीं जांदी कौन सा पवा दिंदी कलेस ਪਾਣਦਾ ਨਾ ਪੀਦਾ ਮੈਨੂੰ ਚਾਹ ਚ ਘੁੱਟ ਕਰਦੇ ਕੁੜੇ ਕਿ ਉੱਥੇ ਨਹੀਂ ਪੀ ਕੇ ਆਈ ਜਿਹਨਾਂ ਨੂੰ ਤਨਖਾਹ ਦਿੰਦੀਆਂ ਲਿਜਾ ਲਿਜਾ ਕੇ ਕੁਛ ਨਹੀਂ ਦਿੰਦੀ ਮੈਂ ਤੱਕ ਜਨੂੰ ਤੂੰ ਕਿਉਂ ਮਾਗਰ ਪਈਆਂ ਕੀ ਦੇਤਾ ਜਵਾਕੜੀ ਨੂੰ ਮੈਂ ਦੇਤਾ ਜਵਾਕੜੀ ਸਾਰਾ ਘਰ ਤਾਂ ਖਵਾਈ ਜਾਂਦੀ ਹੈ ਕੁਛ ਨਹੀਂ ਦਿੰਦੀ ਤਾਂ ਹੀ ਤਾਂ ਕਰੇ ਜੀ ਨਹੀਂ ਲੱਗਦਾ ਕੁੜੀ ਦੇ ਮਾਗਰ ਪਈ ਰਹਿੰਦੀ ਹੈ ਜੀ ਕਿਤੇ ਪੁੱਛ ਬੋਲ ਵੀ ਕਿਤੇ ਪੁੱਛ ਬੋਲ ਵੀ ਚਾਹ ਦੀ ਘੁੱਟ ਲੈ ਕੇ ਰਾਜੀ ਨੂੰ ਤੂੰ ਜੀ ਦੇ ਮੈਂ ਲੱਗੇ ਕਰੇ ਤਾਂ ਹੀ ਜਾਂਦੀ ਹਾਂ ਮੈਂ ਵੀ ਜਾਵੀ ਨਾ ਮਾਂ ਦੁਖੀ ਹੋ ਗਿਆ ਹਾਂ ਜੀ ਦਾਦਾ ਜਿਹੜਾ ਦਵਾਈਆਂ ਉਹਨੇ ਪੈਰੀ ਮੁੜ ਗਿਆ ਵੀ ਸਹੁਰੀ ਤੈਨੂੰ ਮੈਂ ਕੀ ਕਹਿੰਦੀ ਹਾਂ ਮਾੜੀ ਨਹੀਂ ਕਹਿੰਦੀ ਚੰਗੀ ਨਹੀਂ ਕਹਿੰਦੀ ਤੂੰ ਸਾਰਿਆਂ ਨੂੰ ਕਿਉਂ ਭੈ ਭੈ ਪੈਂਦੀ ਹੈ ਅੱਗੇ ਕੁੜੀ ਕੋਲ ਜਾਂਦੀ ਹੈ ਤੂੰ ਨਹੀਂ ਆਉਂਦੀ ਕੁੜੀ ਕੋਲ ਮੁੰਡੇ ਨੂੰ ਨਹੀਂ ਜਾਣ ਦਿੰਦੀ ਮੈਨੂੰ ਤਾਂ ਹੁਣ ਜਾਣਾ ਹੀ ਪਊਗਾ ਪਾਸਾ ਤਲਣੀ ਹੈ ਜਵਾਕੜੀ ਦਾ ਨਾ ਕੀ ਬੁੜ ਬੁੜ ਲਾਈ ਹੈ ਆ ਚੱਕ ਕੱਪੜੇ ਪਰਾਂ ਬਦਲ ਲਾ ਮੈਥੋਂ ਨਹੀਂ ਧੋਤੇ ਜਾਂਦੇ ਸਾਰਾ ਦਿਨ ਕੱਪੜੇ ਉਹ ਤ
मैं तेन कदों कहनी हाँ तू क्यों भर भर पैनी है मैं तो आपके कपड़े आप धो लूंगी तेन मैं गया कपड़े मेरे धो दे चुप करके ना कपड़े बदल ला कपड़े बदल के भांडे मांजते भांडे का बाजार लगे पाया फिर बना के पी ली आपकी चाह मांज दें पुत मांज दें मैं देख ला आपके जमे जाएगा इन्ना फर्क होंगे है कुड़ी मैं मंजे से बैठी रोटी दें जी ये मैं आऊँ बटू गाँव बटू गाँव कर ला गई मर्जी है पाई चोटी ਜਦੋਂ ਮੰਜੇ ਤੇ ਬੈਠੀ ਰੋਟੀ ਮਿਲਦੀ ਸੀ ਇੱਥੇ ਕਿਹੜਾ ਟਿੰਡੀਆਂ ਲੈਣ ਆਈ ਸੀ ਕੁੜੀ ਨੇ ਤਾਂ ਰੋਟੀ ਦੇਣੀ ਆ ਥੇੜੀ ਤੇ ਗਾਂਧੀ ਵਾਲੀ ਟਿਕਦੇ ਨੇ ਲੈ ਮੈਨੂੰ ਦਿਆ ਕਰ ਮਹੀਨੇ ਦੀ ਮਹੀਨੇ ਤਨਖਾਹ ਮੈਂ ਤਾਂ ਪਰੌਂਠੇ ਬਣਾ ਕੇ ਦਿਆ ਕਰੂੰ ਤੈਨੂੰ ਆਈ ਆ ਵੱਡੀ ਲਾਗੀ ਬੋਲਣ ਭਾਂਡੇ ਧੋ ਕੇ ਫਿਰ ਗੋਹਾ ਦੇ ਕੇ ਰਵੀ ਕੰਮ ਨਿਬੇੜੀ ਦਿਓ ਮੇਰੀ ਗੱਲ ਸੁਣ ਲਾ ਭਾਂਡੇ ਸਮਾਰ ਕੇ ਧੋ ਲਿਆ ਕਰਾਂ ਸਰਫ ਲੱਗੀ ਰਹਿ ਜਾਂਦੀ ਹੈ ਫਿਰ ਮੈਨੂੰ ਧੋਣੇ ਪੈਂਦੇ ਨੇ ਨਾ ਕੋਈ ਨਹੀਂ ਪੁੱਤ ਧੋ ਦਾ ਸਮਾਰ ਕੇ ਧੋ ਦਾ ਖਿਚਲ ਪਿਚਲ ਜੀ ਕਰਕੇ ਧੋ ਦਿੰਦੀ ਹੈਗੀ ਨਾ ਕੋਈ ਸੌ ਬਿਮਾਰੀ ਲੱਗਦੀ ਹੈਗੀ ਜੇ ਪੁੱਤ ਮੈਨੂੰ ਘੁੱਟ ਕੇ ਚਾਹ ਬਣਾ ਦੇ ਭੁੱਖ ਲੱਗੀ ਜੀ ਕੋਈ ਨਹੀਂ ਆਉਣ ਰਜੀਤ ਆਉਣ ਵਾਲਾਗਾ ਜਦੋਂ ਉਹਨੂੰ ਬਣਾਉਂਗੀ ਉਦੋਂ ਘੁੱਟ ਤੂੰ ਪੀ ਲਈ ਉਹਦੇ ਚੋਂ ਸਾਡੇ ਮਰਜ਼ੀ गिलास पा दे ਮਿੱਠੇ ਪਾਲਕ ਲੈ ਪੁੱਤ ਹਾਂ ਮੈਂ ਪਾਲਕ ਮਿੱਠੇ ਲਿਆ ਮੈਂ ਰੋਜ਼ ਹੀ ਸਾਗ ਦਾ ਖਾਈ ਜਾਂਦਾ ਨਾ ਜੀ ਅੱਕਿਆ ਪਿਆ ਤੇ ਮੱਖਣ ਦਾ ਪਰਿਵਾਰ ਸਾਰਾ ਬੇਬੇ ਠੀਕ ਠਾਕ ਆ ਉਹ ਤਾਂ ਪੁੱਤ ਸਾਰੇ ਠੀਕ ਠਾਕ ਤੇ ਕਰਦੇ ਮੇਰਾ ਉੱਤੇ ਜੀ ਨਹੀਂ ਲੱਗਿਆ ਮਜ਼ਬੂਰੀ ਚ ਰਹਿਣਾ ਪੈ ਗਿਆ ਬਸ ਕਿਉਂ ਕੀ ਗੱਲ ਉਹ ਤਾਂ ਮੇਰਾ ਜੀ ਨਹੀਂ ਲੱਗਿਆ ਉਹ ਵੀ ਆਪ ਤੇਰਾ ਕਰਦੇ ਜੀ ਫਿਰ ਤੂੰ ਫੋਨ ਕਰ ਦਿੰਦੀ ਜਾਂ ਮੱਖਣ ਤੋਂ ਕਰਾ ਦਿੰਦੀ ਮੈਂ ਲੈ ਆਉਂਦਾ ਤੈਨੂੰ ਜਾ ਕੇ ਮੈਂ ਤਾਂ ਫੋਨ ਆਏ ਗਿਆ ਪੁੱਤ ਚੱਲ ਗਾ ਹਾਂ ਮਾਂ ਜਵਾਬ ਤਾਂ ਕਰਨਾ ਓਹੋ ਤੇ ਮੱਖਣ ਦਾ ਕੰਮ ਤਾਂ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਮੈਂ ਤਾਂ ਮੱਖਣ ਦੇ ਮੇਰੇ ਪੈ ਤੋਂ ਜ਼ਿਆਦਾ ਆ ਗਿਆ ਹਾਂ ਮੱਖਣ ਮੈਨੂੰ ਐ ਕਹਿੰਦੀ ਇਹ ਤੇਰੇ ਬਿੱਲਾ ਵਾਂਗਾ ਹਾਂ ਉਹਦੇ ਰਜਿਸਟਰੀ ਮੈਨੂੰ ਬਣਾ ਦੇ ਉਹਦੇ ਦੋ ਤਿੰਨ ਬਿੱਲੇ ਵਾਂਗੇ ਬਣ ਜਾਣਗੇ ਰਜਿਸਟਰੀ ਬਣਾ ਦੀ ਹਾਂ ਕਿਉਂ ਉੱਥੇ ਕਾਹਦੀ ਗੱਲ ਲੈ ਜਾਣੀ ਰਜਿਸਟਰੀ ਤੂੰ ਐਵੇਂ ਪਾਗਲ ਗੱਲਾਂ ਕਰਦੀ ਆ ਨਾ ਪੁੱਤ ਘਰ ਆਇਆ ਤਾਂ ਮੇਰਾ ਮੂੰਹ ਬਥੇਰਾ ਕਰਦਾ ਹੈਗਾ ਓਹੋ ਤੂੰ ਤਾਂ ਵੀ ਭੋਲੀ ਆ ਮਾਰੇ ਨਾਲੀ ਮਗਰ ਲੱਗ ਜਾਂਦੀ ਆ ਮੈਂ ਵੀ ਤੇ ਮੈਨਾਂ ਧੋਖਾ ਤੂੰ ਵੀ ਕਰਦੇ ਨੇ ਉਹ ਬਾਲਾ ਸ਼ਹਿਰ ਐਵੇਂ ਹੀ ਲੱਗਦਾ ਉਹ ਫਿਰ ਕਹੇਗੀ ਲਿਆ ਕੇ ਨਾ ਰਜਿਸਟਰੀ ਰਜਿਸਟਰੀ ਫੜਾ ਦੀ ਕਿਤੇ ਫੂਟਾ ਫੜਾ ਦੂ ਆਪਾਂ ਨੂੰ ਉਹ ਕਿਤੇ ਹੋਰ ਜੱਪ ਖੜਾ ਕਰਦੇ ਆਪਦੀ ਮਾਂ ਨੂੰ ਨਹੀਂ ਰੋਟੀਆਂ ਦਿੰਦਾ ਐਸ ਪੁੱਤੇ ਮਾਂ ਮੈਂ ਬਾਹਰ ਵਿਸ਼ਵਾਸ ਕੀਤੇ ਲੈ ਟਿਕ ਜਾ ਐਵੇਂ ਕਿਹੜਾ ਕਰੇ ਤੇਰਾ ਤੂਰਾ ਨਹੀਂ ਕਰਦਾ ਜੇ ਤੈਨੂੰ ਐ ਹੋਊਗਾ ਉਹ ਤਾਂ ਕਿੱਲੇ ਨੂੰ ਕਰਦਾ ਤੇਰੇ ਨੂੰ ਹੋਰ ਨਾ ਬੰਜ ਖੜਾ ਕਰਦੀ ਕਿਤੇ ਲਿਆ ਕੇ ਰਜਿਸਟਰੀ ਫੜਾ ਦੇ ਕਿਤੇ ਟੁੰਡਾ ਕਰਾ ਦੇ ਬਸ ਰਹਿਣ ਦੇ ਰੱਜੋ ਜਾਏ ਆਪਾਂ ਤਾਂ बदले मैं दो ढाई किले इत बन दिया दबा दूंगा मैं हशियार बंदा गा एवे बेबे क्या मैं होर ने पंज खड़ा कर दी कितने लिया के फड़ा दे कि टूडा करा दे उंगल ते चढ़ा ली होनी ਹੋਰ ਇਹਦਾ ਤੂੰ ਵਧੀਆ ਕਿਹੜਾ ਦੱਸਦਾ ਇਹਨਾਂ ਸੁਕਰ ਲਿਜਾ ਕੇ ਨਾ ਖੜਾਦੀ ਉਹਨੂੰ ਮਾਂ ਬੁੱਤ ਮੈਂ ਕਿਤੇ ਬਰੋਂ ਜੀ ਆਇਆ ਮੈਂ ਤੇ ਚੋਣਾ ਬਾਹਰ ਥੋੜੀ ਨਹੀਂ ਆ ਤੂੰ ਤਾਂ ਬੇਬੇ ਪਿੱਛੇ ਬਾਹ ਲੱਗਦੀ ਆ ਕਿਹੜਾ ਗੱਲ ਨਾ ਸੁਣਾ ਕਰਿਆ ਮੈਂ ਕਿਸੇ ਦੀ ਮੈਨੂੰ ਕਿਹ ਮੈਂ ਜਿਸ ਤਰ੍ਹਾਂ ਗੱਲ ਬਾਲਾ ਸ਼ਹਿਰ ਮੱਕੜ ਦਾ ਆਪ ਕਿਵੇਂ ਕੋਠੀ ਪਾ ਲਈ ਉਹਦੇ ਭਾਈਆਂ ਨੂੰ ਤਾਂ ਉੱਥੇ ਬਿਠਾਈ ਬੈਠਾ ਗਾ ਤਾਂ ਹੀ ਤਾਂ ਬੜਿਆ ਬੜਿਆ ਮੰਜੇ ਤੇ ਰੋਟੀਆਂ ਦਿੰਦੇ ਨੇ ਉਹ ਤਾਂ ਹੀ ਸੇਵਾ ਕਰਦੇ ਨੇ ਬੇਬੇ ਕਿਹੜਾ ਕਰਦੇ ਨੇ ਸੇਵਾ ਸਾਨੂੰ ਵੀ ਖੁੰਝੇ ਲਾਊਗਾ ਉਹ ਚੱਲ ਕੋਈ ਨਾ ਹੁਣ ਤੂੰ ਨਾ ਕਹੀ ਐਵੇਂ ਕਿਤੇ ਫਰਕ ਪੈਣ ਵਾਲੀ ਗੱਲ ਹੋ ਜਾਂਦੀ ਰਿਸ਼ਤੇਦਾਰੀ ਚ ਬਸ ਬੇਬੇ ਤੂੰ ਕਹਿ ਦੀ ਕਿ ਉਹਦਾ ਜਮਾ ਕਰਾ ਰੱਖਿਆ ਉਹਨਾਂ ਨੇ ਕਿ ਰਿਸ਼ਤੇ ਦਾ ਬੈਂਕ ਆਹੋ ਆਹੋ ਤਾਂ ਮੈਂ ਜੰਦਾ ਕਰਾਂ ਦਾ ਪ੍ਰਤੀ ਨਹੀਂ ਪੁੱਤ ਆ ਵੀ ਮੈਂ ਤੂੰ ਮੈਨੂੰ ਵਧੀਆ ਕਰਿਆ ਦੱਸ ਤਾਂ ਅੱਜ ਲਿਆ ਕੇ ਫੜਾਂ ਦੀ ਫਿਰ ਹੋਰ ਬੰਜ ਖੜਾ ਹੁੰਦਾ ਮੈਂ ਤਾਂ ਆਪ ਕਹਿੰਦਾ ਮੇਰਾ ਤਾਂ ਆਪ ਤਾਂ ਹੀ ਮੇਰਾ ਜੀ ਜੰਦਾ ਤੇ ਲੋਹਾਂ ਦੇ ਕਿਦਾਂ ਕਰ ਲਾ ਕੇ ਆਉਂਦੇ ਪਸ਼ੂਆਂ ਨੂੰ ਨੀਰਾ ਚਾਰਾ ਵੀ ਨਹੀਂ ਪਾਇਆ ਚੱਲ ਮੈਂ ਪਾਉਣਾਗਾ
कपड़े कितने पाए मेरे? अंदर पाए मेरे। पढ़ाना कर। बस कोई ना मैं चक लेना। मैं बस नंबर का कर लूँगा। लिया चलो दीदी तो नहीं आंदी मैं आ गई चलो वधिया कीता पेपर जे चली आंदा करके मैं चलो इधर भी गेड़ा मार चलो वधिया रह गए वधिया रह गए मैं पानी लेके आऊंगी तेरे वास्ते नहीं दीदी पानी तो रहने सिलाई कर निबड़े घर मैं आप बहर दे रखे ने समाने बहर दे रखे मैं चलो दो सूट समा दी नहीं बहुत सोने बना कपड़े चल कोई नी तुसी आके बना दियो चंगा जल्दी चाह बना लेंदे पुत्तर ना ती चाह नी पीने केड़ा वधिया बस सारा दिन काटो प्लेस चली जांदा रहंदा ना ता अजे भी है नी अपना ता आना जाना इन्हां नाल मुक्या होया अपना चलो मैं सचो पुछदी हाँ अपने बेबे बापू के ठीक रहने भाभी किवें रहिंदी उन्हां नाल थोड़ी जठानी वाला हाल ही उधर भी मैं तो कहा सी बापू नूं कि तू मेरे कोले आ जा क्यों सित्र खाना इन्हां तों और मैं तो आप सारा दिन लड़दी रहिंदी है भाभी भी केड़ा रला के खांदी है उह तां गुआंढ च भी नहीं बनदी किसे नाल बस अही है मैं बापू नूं 50 बारी कहता बस केड़ा किसे दी सुनदा गा चलो दीदी मैं तो जानी हैगी नहीं बेबी उन्हें मेरे पेपर जे चली आंदे आ तां करके मैं कहा चलो मेरे को थोड़ा टाइम सी मैं कहा जल्दी दी कोई दो दा आ जांदी ना बेबे मैं तो किथे रही जा मेरे कल दा भी पेपर है ओदी तैयारी करनी है मैं चलो ठीक है चंगा फिर कदे आऊंगी वेले टाइम कर चंगा आवा ना उड़ा आवा ना की कर जानी है की हो गया मैं मनदीप घर भी जाके आती पुत्र जाया फिर अगे कहना मैं पुस्तकी जानी है तू पुत आगे बोल दी मैं कहना कुछ कह दी कह दी ना जो मेरी बोल नहीं चलनी उन्होंने मैं की पुछदी जाया फिर मैं मन का पुत्र एक ही होंगे ने होंगे ने एक जे तुरी फिर रही सारा दिन धक्के खाती मैनू लगता हवा घटी पई है साइकिल नोटी का केड़ा वो दुकान से यार घरों पा के लै जाने कीरत आए कीरत पुत्ता मेरी गल सुन इधर पंप पे उतर उत्ते कोले अपना वो चक के लिया आप साइकिल हवा पावे हूँ यदा ऐ पंगा रहा कोई गर्मी चना टायर ट्यूब भी कंडम ही आए रही सारे लिया के अच्छा बलाटे तो टायर ट्यूब नौकरी तो पवा के लिया लिया पुत्र तोड़ दिया पुत्र पर छटना खाली चंगा या भाजा
पंप जा किनू दिता पै पट्टी पी है मैनू की पता तू ही चीजा देने वाला ले हम चाह पी लो चीजा देने का भी टाइम नहीं रहा हूं तेन एक तो लेके 40 बारी कहता इधर मेरे लिए बह के खा रोटी सब कुछ तेरे लवे चलाकियां कर दिया तू दे पालिया पुत्र बोलते मामा तुम भी कहा करो मैं मां की कहा ब्याहन सार मेन अड करता सारा आपके ब्याह का मैं करजा आप लाया जो कोई गलत गल कहे तो मैं कह दा इसे गल की मारी तो मैं कुड़ी को नहीं जान दी जे तू सू बराबर का हिस्सा वंट के दिता हों फिर असं कुड़ी नाल ना वरत दे तेन तो कला छोटा मुंडा तो कुड़ी चाहिए आ मैं तो तिने एक जे ने सोनू बहम है कानू बहम है सानू फिर बराबर का हिस्सा देगा वंट के जमीन चो भी दोनों इसे अद्धो अद्धी करिए मैं भी रोटी खानी है जा फिर आप कुड़ी जाके रोटी खा दे पुत थोड़ी मर्जी है साड़ी की मर्जी होनी थी आ देख ला बुढ़ी जी किवें मिठे पोचे मार दी फिर दी आ अपन तो ये भी नहीं पता भी अंदर खाते ने उन्होंने ना जमीन लवा रखी हो सौखी पी है जमीन लवानी ना मैनू लगता हरजीत दे नौ जमीन लवाती आ मैं लवाते ही खड़ा उहदे नाल जमीन लै ताही तो हुण बुढ़ी गोडे गिट्टे लगती फिर दी अपने दो रोटियां दी मारी दे ही खड़ा मैं बुढ़ी नूं गुलगले लगदी ओ मां मैनू जन्म दिता उहने कहना तो नहीं चाहीदा उहदे नाल तां उह होगी धोबिया के कुत्ते वाली ना घर दी ना घाट दी ना चंगा फिर मैं भी खेलते जाना लै मैं भी भांडे मारदा आ खेलन खेलने खेल पाया सारा नाले आंदे आंदे खेतों कोई दाल सब्जी तोड़ लिया चंगा चंगा लै ना आके रामदारी जी आ गई सिर बाला सिर बा के ना क्या होर भी काम धंधे कर लेने हाँ आंदी है बुढ़ी जी कहता किसी ने भी पग जा फुब के गई सी रह जाती ना उधर बड़ी आई है मोह प्यार वाली भजी गई सी की माड़ा करता तेरा मुंडा भी उसका मणकी बह गया आ गई आई कपड़े धोने वाले पैने पंड कपड़े की धो दे चुप करके मैं चौं धोते जाता मैं तो कुड़ी को जानी हाँ दो कल से आई हाँ बड्डू खाऊ उधर बाकी चाह पीनी उधर करती उन्हें है ही यही जी करतूत की मालकना तू बाकी जिधर जानी समा खेड़ा सुटूगा लै हुण अंदर बड़ के बहगी पता नहीं की लागी करन अंदर तीजे दिन चकदी है झोला ठू कुड़ी कोले पता नहीं की रखे उ पाँदी है सिर चेहरे चंगे भाई मैं जानी हाँ ना तू सौखी ना बड़ी सौखी हो चुकी तू बग जा मैं तो होर ना बेइज्जती करवा ली धक्के मार के कढ़ने पैसे कितने बाहर कोई नहीं छोटे भी मेहमान हो गई मैं बग जा बद घटी भर ला दूजे भर ला भर ला अपने ना भर ला लागी बोलना तेरे वर्गिया ही बनती होंगी है मुड़के मैं तेरी तेरी नहीं चढ़ती मैं गुरुद्वारे बैठना मंजूर है पट्टी दे बार चे मैं जाना पता नहीं कंजरां दे की माड़े कर्म किए सी जो दर दर दियां ठोकरां खाणियां पै गईयां चंगा हो गया रब ने एक धी देती उधर पार के जाके तो बह जाएंगे मुंडे ने तो जिहड़ी करनी सी करती वो भी मां प्यो भागा वाले होंगे इहदी लाल चज दी होंदी है देख ला ਤਾਂ ਮੇਰੀ ਧੀ ਸਿਆਣੀ ਹੈ ਜਿਹੜੀ ਆਪਣੀ ਸੱਸ ਦੀ ਸੇਵਾ ਕਰੀ ਜਾਂਦੀ ਹੈ ਧੀ ਦੇ ਵਾਰ ਕੇ ਬੈਠਣ ਨੂੰ ਤਾਂ ਰੱਬ ਮੌਤ ਹੀ ਦੇ ਦੇ ਗੰਡੇ ਦੇ ਤਾਂ ਬਲਾਂ ਹੀ ਕੌੜੇ ਨੇ ਕਿਹੜਾ ਚੀਰ ਕੇ ਨਾ ਮੈਂ ਪਸ਼ੂਆਂ ਨੂੰ ਪਾਣੀ ਤਾਂ ਨਹੀਂ ਪਿਆਦਾ ਹਰਜੀਤ ਤਾਂ ਖੇਤ ਜਾ ਕੇ ਬਹਿ ਗਿਆ ਉਹਨੇ ਤਾਂ ਲਾਈਟ ਹਾਲੇ ਗਈ ਨਾ ਹੋਵੇ ਹਾਏ ਆ ਬਾਪੂ ਇਹ ਰੁੜਿਆ ਫੁੜਿਆ ਕਿਵੇਂ ਆਉਂਦਾ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ
ਬਾਪੂ ਤੂੰ ਕਿਵੇਂ ਰੁੜਿਆ ਖੁੜਿਆ ਜਾ ਆਇਆ ਕੁਛ ਨਾ ਭਾਈ ਆ ਬੇੜਾ ਬਾਪੂ ਤੂੰ ਤਾਂ ਰੋਣ ਲੱਗ ਗਿਆ ਗੱਲ ਦੱਸ ਮੈਨੂੰ ਕੀ ਹੈ ਉਹ ਤੈਨੂੰ ਪਤਾ ਹੀ ਆ ਭਾਈ ਮੇਰੇ ਨਾਲ ਕੀ ਹੋਈ ਜਾਂਦਾ ਤੇਰੀ ਭਾਬੀ ਤੇ ਤੇਰੇ ਭਾਈ ਨੇ ਮੈਨੂੰ ਘਰੋਂ ਕੱਢਦਾ ਉਹ ਤਾਂ ਬਾਪੂ ਮੈਨੂੰ ਪਤਾ ਹੀ ਹੈ ਆ ਧੱਕੇ ਨਾਲ ਜ਼ਮੀਨ ਲਵਾ ਕੇ ਧੱਕੇ ਮਾਰ ਮਾਰ ਕੇ ਘਰੋਂ ਕੱਢਦਾ ਕਹਿੰਦੇ ਜਿੱਥੇ ਮਰਜੀ ਜਾ ਚਾਹੇ ਖੂਜ ਡਿੱਗ ਜਾਏ ਖਾਤੇ ਚ ਉਹਨਾਂ ਦੀ ਐਡੀ ਹਿੰਮਤ ਆ ਮੈਂ ਪੱਟੂਗੀ ਜੁੰਡੇ ਸਾਲੇ ਲੱਗਦੇ ਨੇ ਉਹ ਤੈਨੂੰ ਘਰੋਂ ਕੱਢਦੇ ਨੇ ਉਹ ਭਾਈ ਤੇਰੀ ਮਾਂ ਤਾਂ ਮਰ ਗਈ ਹੁਣ ਮੈਨੂੰ ਤਾਂ ਕੱਢੂ ਕੀ ਕਰ ਰੱਖਿਆ ਉਹਨਾਂ ਨੇ ਜੇ ਉਹ ਹੁੰਦੀ ਅਸੀਂ ਦੋਨੇ ਜੀ ਬਹਿ ਕੇ ਦੁੱਖ ਸੁੱਖ ਰੋਲਾ ਦੇ ਕੀ ਗੱਲ ਹੋ ਗਈ ਬਾਪੂ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਹੋਈ ਕੀ ਗੱਲ ਹੋ ਗਈ ਬਾਲੀ ਰੋਲਾ ਖੜਾ ਜਾ ਕਰਦਾ ਪਾਟੇ ਕੱਪੜੇ ਭਰ ਕੇ ਕੀ ਹੋ ਗਿਆ ਬਾਪੂ ਨੂੰ ਹੀ ਜ਼ਮੀਨ ਤੇ ਗੁੱਠਾ ਲਵਾ ਕੇ ਭਾਬੀ ਨੇ ਤੇ ਬਾਈ ਨੇ ਘਰੋਂ ਕੱਢਤਾ ਉਹਨਾਂ ਧੱਕੇ ਮਾਰ ਕੇ ਤੇਰੇ ਉਹਨਾਂ ਦੀ ਚੰਗੀ ਗੱਲ ਆ ਕੀ ਭਲਾ ਆ ਦੇਖ ਲਓ ਕਿਵੇਂ ਆਇਆਗਾ ਰੁਲਿਆ ਖੁਲਿਆ ਤੂੰ ਤਾਂ ਮੈਨੂੰ ਦੱਸਦਾ ਦਿੰਦਾ ਫੋਨ ਫਾਨ ਕਰਾ ਦਿੰਦਾ ਕਿਸੇ ਤੋਂ ਫੋਨ ਹੈ ਨਹੀਂ ਪੁੱਤ ਮੇਰੇ ਕੋਲੇ ਬਾਕੀ ਰੋਟੀ ਨਹੀਂ ਦਿੰਦੇ ਨਾ ਚਾਹ ਪਾਣੀ ਦਿੰਦੇ ਸਾਰੀ ਉਮਰ ਦੇ ਅੱਲਾ ਕਿੰਨੀ ਕਮਾਈ ਕੀਤੀ ਇੰਨੀ ਜਾਇਦਾਦ ਬਣਾਈ ਵਿਚਾਰੇ ਨੇ ਕੁੜੀ ਵਾਲੇ ਚ ਮੰਜਾ ਨਾ ਉਹਦਾ ਕਹਿੰਦੇ ਜਿੱਥੇ ਮਰਜੀ ਜਾ ਕੋਈ ਨਾ ਭੂਤ ਫਿਕਰ ਨਾ ਕਰ ਮੈਂ ਤੇਰੀ ਧੀ ਨਹੀਂ ਪੁੱਤਾਂ ਤੇਰਾ ਮੈਂ ਕਰਦੀ ਉਹਨਾਂ ਨਾਲ ਗੱਲ ਮਲਾ ਡਿੱਗਦਾ ਪੈਂਦਾ ਭਾਈ ਛੋਟੇ ਦਰ ਤੇ ਆਇਆ ਹੁਣ ਚੱਲ ਮਗਾ ਮੇਰਾ ਵੀ ਕੁੜੀ ਲੈ ਵਗ ਜਾਂਦਾ ਚੱਲ ਕੋਈ ਨਹੀਂ ਬਾਪੂ ਤੂੰ ਫਿਕਰ ਨਾ ਕਰ ਤੂੰ ਸਾਡੇ ਕੋਲੇ ਰਹਿ ਤੈਨੂੰ ਰੋਟੀ ਦੀ ਫਿਕਰ ਨਹੀਂ ਗਈ ਤੈਨੂੰ ਸਭ ਕੁਝ ਮਿਲੂਗਾ ਇੱਥੇ ਤੇਰੀ ਸਾਮ ਸੰਭਾਲ ਵੀ ਹੋਊਗੀ ਬੇਬੇ ਕਿੱਧਰ ਵਗ ਗਈ ਮੇਰੀ ਗੱਲ ਸੁਣਿਓ ਜੀ ਬੇਬੇ ਤਾਂ ਨਾ ਉਧਰ ਗਈ ਸੀ ਬਾਈ ਕਿਆ ਕਰਨੀ ਉਹ ਕਿਤੇ ਮਾੜਾ ਮੋਟਾ ਬੁਰਾ ਭਲਾ ਬੋਲ ਪਏ ਹੋਣੇ ਕੌਣ ਮਨਦੀਪ ਕੇ ਹਾਂ ਮਨਦੀਪ ਕੇ ਤੇ ਉਹ ਇੱਧਰ ਆ ਗਈ ਇਧਰੋਂ ਮੈਨੂੰ ਕਹਿਣ ਲੱਗੀ ਮੈਂ ਜਾਣੀ ਆਂਗੀ ਮੈਂ ਆਖੇ ਭਾਗ ਜਾ ਤੂੰ ਤੇ ਉਹਦਾ ਚੱਕ ਕੇ ਝੋਲਾ ਨਾ ਹੀ ਬਾਗੀ ਕੋਈ ਖੂਹ ਖੱਤਾ ਨਾ ਗੰਦਾ ਕਰਦੇ ਤੁਸੀਂ ਉਹਨੂੰ ਮੋੜ ਲਿਆਓ ਓਹੋ ਮੈਥੋਂ ਬਾਲੀ ਵੱਡੀ ਗਲਤੀ ਹੋ ਗਈ ਜੀ ਕੁੜੀਏ ਮੈਂ ਤੈਨੂੰ ਬਹੁਤ ਸਿਆਣੀ ਸਮਝਦਾ ਸੀਗਾ ਇਹਦਾ ਤੂੰ ਬਹੁਤ ਵੱਡੀ ਗਲਤੀ ਕੀਤੀ ਚੱਲ ਬਾਪੂ ਜੀ ਮੈਨੂੰ ਤਾਂ ਐ ਸੀ ਵੀ ਪਤਾ ਨਹੀਂ ਕਿਸੇ ਨੂੰ ਘਰ ਖਵਾਈ ਜਾਂਦਾ ਕੁੜੀ ਨੂੰ ਖਵਾਉਂਦੀ ਆ ਜਾਂ ਕਿਵੇਂ ਉਹਨੂੰ ਦਿੰਦੀ ਆ ਵੱਡੇ ਨੂੰ ਮੈਨੂੰ ਕਿਹੜਾ ਪਤਾ ਸੀਗਾ ਕੋਈ ਐ ਨਹੀਂ ਕਰਨਾ ਸੀ ਪੁੱਤਾ ਇਹ ਤਾਂ ਇਸ ਹੱਥ ਕਰ ਲੈ ਇਸ ਹੱਥ ਭਰ ਲੈ ਜਬ ਤੂੰ ਮੋੜ ਕੇ ਲਿਆ ਤੇਰੀ ਮਾਂ ਜਾ ਚਲੋ ਜਾਓ ਜੀ ਤੁਸੀਂ ਮੋੜ ਕੇ ਲਿਆ ਵੱਡੇ ਦੀ ਬੈਠੀ ਹੁਣ ਮੈਂ ਲੈ ਕੇ ਆਉਣਾ ਚੱਲ ਚੱਲ ਬਾਪੂ ਤੂੰ ਬੈਠ ਜਾ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾਉਣੀ ਆ ਓ ਬਾ ਓ ਮੇਰੇ ਰੱਬਾ ਇਹ ਜੇ ਮੁੰਡੇ ਨੂੰ ਤਾਂ ਇੱਕ ਧੀ ਹੋਰ ਦੇ ਆਂਦਾ ਉਹ ਕੁੜੀਆਂ ਇੰਨਾ ਜ਼ੁਲਮ ਤਾਂ ਨਹੀਂ ਕਰਦੀਆਂ ਮਾਪਿਆਂ ਦੀ ਸੇਵਾ ਤਾਂ ਕਰਦੀਆਂ ਨੇ ਲੈ ਬਾਪੂ ਚਾਹ ਪੀ ਲੈ ਤੂੰ ਫਿਕਰ ਨਾ ਕਰ ਕੋਈ ਨਹੀਂ ਅਸੀਂ ਕਰਾਂਗੇ ਗੱਲ ਉਹਨਾਂ ਨਾਲ ਰੋਟੀ ਰੁੱਟੀ ਖਾ ਕੇ ਆਇਆ ਸੀ ਬਾਪੂ ਰੋਟੀ ਤਾਂ ਕੋਈ ਗੁਰਦੁਆਰੇ ਖਾ ਕੇ ਆਇਆ ਤੇ ਆਉਂਦਾ ਹੋਇਆ ਚੱਲ ਕੋਈ ਨਹੀਂ ਆਪਾਂ ਬਣਾਉਣੇ ਆ ਦਾਲ ਸਬਜ਼ੀ ਕਰਦੀ ਆ ਨਾਲੇ ਬੇਬੇ ਆ ਜੂਗੀ ਇਹ ਤਾਂ ਪੁੱਤ ਤੂੰ ਬਹੁਤ ਮਾੜਾ ਕੰਮ ਕੀਤਾ ਜਿਹੜੀ ਤੇਰੀ ਮਾਂ ਨੂੰ ਤੂੰ ਘਰੋਂ ਜਾਣ ਦਿੱਤਾ ਹੋਰ ਬਾਪੂ ਜੀ ਮੈਨੂੰ ਤਾਂ ਆਪ ਬਾਲਾ ਪਛਤਾਵਾ ਹੋਇਆ ਪਿਆਗਾ ਹੁਣ ਪਤਾ ਲੱਗਦਾ ਵੀ ਮਾਂ ਪਿਓ ਦਾ ਕੀ ਦੁੱਖ ਹੁੰਦਾਗਾ ਹੋਰ ਭਾਈ ਬਾਲੀ ਵੱਡੀ ਗਲਤੀ ਹੋ ਗਈ ਚੱਲ ਕੋਈ ਨਹੀਂ ਬਾਪੂ ਜੀ ਇਹ ਦੁਬਾਰ ਨਹੀਂ ਇਹੀ ਜੀ ਗਲਤੀ ਕਰਦੀ ਮੈਂ ਨਾਲ ਮਿਲ ਕੇ ਰਹਿ ਕਰੋ ਸੌਰੀਏ ਉਹ ਵੀ ਤੇਰੀ ਮਾਂ ਵਰਗੀ ਹੈ ਹੈ ਬਸ ਬਾਪੂ ਜੀ ਪੈਸੇ ਦੇ ਲਾਲਚ ਚ ਆ ਕੇ ਨਾ ਬੰਦਾ ਹੋ ਜਾਂਦਾ ਗਾ ਹੁੰਦਾ ਪਤਾ ਨਹੀਂ ਇਹ ਕਿਸੇ ਨੂੰ ਦਿੰਦੀ ਹੈਗੀ ਕਾਹ ਭਾਈ ਪੈਸਾ ਤਾਂ ਉਰੀ ਰਹਿ ਜੂਗਾ ਕਿਹਨੇ ਨਾਲ ਲਿਜਾਣਾਗਾ ਨਾ ਬਾਪੂ ਜੀ ਅੱਜ ਤੋਂ ਬਾਅਦ ਅਸੀਂ ਬੇਬੇ ਨੂੰ ਕੁਛ ਨਹੀਂ ਕਹਿੰਦੇ ਹੈਗੇ ਹੋਰ ਸਿਆਣੀ ਮੁੱਕ ਕੇ ਰਹੀਦਾ ਹੁੰਦਾ ਬੇਬੇ ਜਿੱਥੇ ਮੇਰੇ ਕੰਨੀ ਉਹ ਮਰ ਗਏ ਉੱਥੇ ਮੇਰੇ ਕੰਨੀ ਤੂੰ ਵੀ ਮਰ ਗਈ ਅੱਜ ਤੋਂ ਬਾਅਦ ਮੈਂ ਤੇਰੀ ਦੇੜੀ ਤੇ ਪੈਰ ਨਹੀਂ ਧਰਦਾ ਨਾ ਬਾਪੂ ਨਾ 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 ਬਾਪੂ ਅਹੇ ਜੀ ਗੱਲ ਨਾ ਕਰ ਮੈਂ ਮੇਰੀ ਬੇਬੇ ਤੋਂ ਮਾਫੀ ਮੰਗ ਲੈਣੀ ਆ ਬਾਪੂ ਪਹਿਲੀ ਮੈਨੂੰ ਤਾਂ ਪਛਤਾਵਾ ਹੋ ਰਿਹਾ ਆਪਦੇ ਕੀਤੇ ਕਿਰਾਏ ਤੇ ਇਦੋਂ ਬਾਅਦ ਇਹੋ ਜਿਹਾ ਕੋਈ ਲਾਂਭਾ ਨਹੀਂ ਆਊਗਾ ਨਾਲੇ ਅਸੀਂ ਸਾਰਾ ਪਰਿਵਾਰ ਰਲ ਮਿਲ ਕੇ ਰਹਾਂਗੇ ਨਾਲੇ ਜ਼ਮੀਨਾਂ ਜਾਇਆ ਤਾਂ ਕਿਹੜਾ ਨਾਲ ਜਾਂਦੀਆਂ ਨੇ ਵੀ ਆਪਾਂ ਇੱਕ ਤੇ ਧਰ ਕੇ ਲੈ ਜਾਣਗੇ ਇੱਥੇ ਹੀ ਰਹਿ ਜਾਂਦੀਆਂ ਨੇ ਮੋਹ ਪਿਆਰ ਹੀ ਜਾਂਦਾ ਨਾਲ ਤਾਂ ਛੋਟਾ ਹੀ ਆ ਭਾਈ ਸਾਰਾ ਕੁਝ ਰਲ ਮਿਲ ਕੇ ਰਹਿਆ ਕਰੋ ਸਾਰੇ
चाह बना ला कुट पाई नाले तेरी मां पी लूगी। ठीक है बापू जी तुसी गल्लां बातां करो मैं चाह बनाउनी आ। चाह बना ला भाई। सत श्री अकाल जी। साड़ी वीडियो ते कमेंट करने वाले सारे वीरां दा बहुत बहुत धन्यवाद जी। जिन्हां वीरां ने साड़ी पिछली वीडियो ते कमेंट किए असी उन्हां दे नाम अनाउंस करते हैं। बलजिंदर सिंह माना, बलवान सिंह काला, हरवंत सिंह, जगशीर सिंह जग्गी, बिंदर स्टूडियो लल्लुआणा, वीरवाल सिंह मिस्त्री, राजदीप सिंह आदिवाल, मनप्रीत अकलिया, सुख भैणी, जेंगो हेयर ड्रैसर, जगजीत सिंह फाफड़े भाईके, गुरसेवक सिंह, निक्की सरोए, तरसेम सिंह फाफड़े भाईके, निशा नूर पाकिस्तान लाहौर, हरमनदीप सिंह नौटी लल्लुआणा, एम पी सिद्धू अमृत सतीके। जिन्हां वीरां ने साडी वीडियो ते कमेंट कीते सी उन्हां दा बहुत बहुत धन्नवाद करदे आं जी। साडी वीडियो नूं वध तों वध लाइक शेयर ते कमेंट करो। सारे वीरां दा बहुत बहुत धन्नवाद ते साडे चैनल नूं करो सबसक्राइब जी।